ਤਾਂ ਦੱਸ ਦੇ ਕਿ ਵੱਡਾ ਹਾਦਸਾ ਹੋਇਆ ਜਿੱਥੇ ਇੱਕ ਸਵਾਰੀਆਂ ਨਾਲ ਭਰੀ ਬੱਸ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੰਦੀ ਹੈ, ਜਿਸ ਕਾਰਨ ਟਰੈਕਟਰ ਚਾਲਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਤੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਜਾਂਦਾ ਹੈ। ਤੇ ਇਸੇ ਦੌਰਾਨ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਦੇ ਵੀ ਗੰਭੀਰ ਸੱਟਾਂ ਲੱਗਦੀਆਂ ਨੇ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਸਵਾਰੀਆਂ ਦੇ ਮੂੰਹ ਦੇ ਵਿੱਚੋਂ ਖੂਨ ਨਿਕਲ ਰਿਹਾ, ਕਈਆਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ, ਜਿਸ ਤੋਂ ਬਾਅਦ ਤੁਰੰਤ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਤੇ ਪਹੁੰਚਦੀ ਹੈ, ਜੋ ਕਿ ਨਵੀਂ ਨਿਯੁਕਤ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ, ਤੇ ਮੌਕੇ ਤੇ ਪਹੁੰਚ ਕੇ ਇਹਨਾਂ ਦੇ ਵੱਲੋਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ। ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਹਾਦਸੇ ਤੋਂ ਤੁਰੰਤ ਬਾਅਦ ਇਹ ਸੜਕ ਸੁਰੱਖਿਆ ਫੋਰਸ ਦੀ ਟੀਮ ਪਹੁੰਚਦੀ ਹੈ ਤੇ ਇਹਨਾਂ ਵੱਲੋਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ। ਤਾਂ ਮਿਲੀ ਜਾਣਕਾਰੀ ਅਨੁਸਾਰ ਬੱਸ ਦੇ ਸਾਹਮਣੇ ਇੱਕ ਟਰੈਕਟਰ ਟਰਾਲੀ ਜਾ ਰਹੀ ਸੀ, ਤਾਂ ਇਸ ਦੌਰਾਨ ਬੱਸ ਪਿੱਛੋਂ ਉਸਨੂੰ ਟੱਕਰ ਮਾਰਦੀ ਹੈ ਤੇ ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਚਾਲਕ ਉੱਚੀ ਉਛਲਦਾ ਹੈ ਤੇ ਨੀਚੇ ਡਿੱਗ ਜਾਂਦਾ ਹੈ, ਜਿਸ ਕਾਰਨ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਤੇ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤੇ ਇਸ ਹਾਦਸੇ ਦੇ ਵਿੱਚ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਦੇ ਵੀ ਕਾਫੀ ਸੱਟਾਂ ਲੱਗਦੀਆਂ ਨੇ, ਜਿਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਤੁਰੰਤ ਮੌਕੇ ਤੇ ਪਹੁੰਚਦੀ ਹੈ ਤੇ ਇਹਨਾਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੰਦੀ ਹੈ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ। ਤਾਂ ਦੱਸ ਦੇ ਕਿ ਪੂਰਾ ਮਾਮਲਾ ਮੁਕੇਰੀਆ ਤੋਂ ਸਾਹਮਣੇ ਆਇਆ, ਜਿੱਥੇ ਵੱਡਾ ਹਾਦਸਾ ਹੋਇਆ, ਸਵਾਰੀਆਂ ਨਾਲ ਭਰੀ ਬੱਸ ਦੀ ਇੱਕ ਟਰੈਕਟਰ ਟਰਾਲੀ ਦੇ ਨਾਲ ਟੱਕਰ ਹੋ ਜਾਂਦੀ ਹੈ, ਜਿਸ ਦੇ ਵਿੱਚ ਕਈ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਅਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤੇ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਬੱਸ ਕਿੱਥੇ ਜਾ ਰਹੀ? ਬੱਸ ਪਠਾਨਕੋਟ ਜਾ ਰਹੀ। ਅੱਛਾ, ਕੀ ਕਾਰਨ ਰਿਹਾ ਐਕਸੀਡੈਂਟ ਦਾ? ਕਾਰਨ ਕੀ ਹੈ? ਅੱਜ ਬੱਸ ਕੱਲ੍ਹ ਬੱਸ ਕੰਟਰੋਲ ਨਹੀਂ ਆਈ। ਅੱਛਾ, ਅੱਗੇ ਟਰਾਲੀ ਲੱਗੀ ਹੋਈ ਤਾਂ ਕੰਟਰੋਲ ਨਹੀਂ, ਬੱਸ ਜ਼ਿਆਦਾ ਰਫਤਾਰ ਤੇਜ਼ ਸੀ, ਬ੍ਰੇਕ ਮਾਰੀ, ਕਿਤੇ ਬ੍ਰੇਕ ਮਾਰੀ, ਸਾਰੀ ਸਵਾਰੀਆਂ ਇਕੱਠੀਆਂ ਹੋ ਗਈਆਂ, ਕੋਈ ਬੱਚਾ ਕਿਤੇ ਕੋਈ ਕਿਤੇ ਬਹਿ ਗਿਆ ਤਾਂ ਰੱਬ ਬਚਾ ਗਿਆ, ਨਹੀਂ ਤਾਂ ਜਿੱਦਾਂ ਦਾ ਹਾਦਸਾ ਹੋਇਆ ਸੀ ਬੱਚੇ ਨੇ ਬਲਾ। ਹਾਂਜੀ, ਕੋਈ ਜਾਨੀ ਨੁਕਸਾਨ ਤਾਂ ਨਹੀਂ ਹੈਗੀ? ਜਾਨੀ ਨੁਕਸਾਨ ਕੁਝ ਨਹੀਂ ਹੈ, ਬਸ ਛੱਟਾਂ ਛੁੱਟਾਂ ਲੱਗੀਆਂ। ਕਾਰਨ ਦਾ ਇਸ ਤਰ੍ਹਾਂ ਵੀ ਬੱਸ ਜ਼ਿਆਦਾ ਰਫਤਾਰ ਤੇਜ਼ ਸੀ, ਬੱਸ ਦੀ ਉਹਨੇ ਉਹ ਟਰੈਕਟਰ ਟਰਾਲੀ ਦੇ ਵਿੱਚ ਪਿੱਛੋਂ ਦੀ ਮਾਰਿਆ, ਇਹਨਾਂ ਦੇ ਟੱਕਰ ਹੋਣ ਨਾਲ ਡਰਾਈਵਰ ਉੱਪਰ ਉਛਲ ਕੇ ਅੱਗੇ ਜਾ ਗਿਰਿਆ, ਉਹਨੂੰ ਹੋਸਪਿਟਲ ਭੇਜ ਦਿੱਤਾ ਗਿਆ। ਸਵਾਰੀਆਂ ਦੇ ਥੋੜ੍ਹਾ ਬਹੁਤ ਸੱਟਾਂ ਲੱਗੀਆਂ, ਅਤੇ ਸੜਕ ਸੁਰੱਖਿਆ ਜਿਹੜੀ ਸੇਵਾ ਇਹਨਾਂ ਦੀ ਪੁਲਿਸ ਆ ਉਹ ਆ ਗਈ ਸੀ ਜੀ, ਅਸੀਂ ਉਹਨਾਂ ਦੇ ਨਾਲ ਭੇਜਤਾ ਸੀ। ਮੈਂ ਇੱਥੋਂ ਜਾ ਰਿਹਾ ਸੀ ਅਤੇ ਸੂਹੇ ਤੋਂ ਬਾਅਦ ਮੁਕੇਰੀਆਂ ਆਪਦੇ ਆਫਿਸ ਆ ਰਿਹਾ ਸੀ ਅਤੇ ਉਦੋਂ ਦੇਖਿਆ ਜੀ ਐਕਸੀਡੈਂਟ ਹੋਇਆ। ਬਚਾਈ ਦਿਆ ਜਾਂ ਕੋਈ? ਬਚਾਈ ਹੈ ਜੀ ਪਰਮਾਤਮਾ ਦੀ ਕਿਰਪਾ ਨਾਲ, ਮਗਰ ਇੱਕ ਸਕਾਰਪੀਓ ਗੱਡੀ ਵੀ ਵੱਜੀ ਹੈ ਜੀ। ਠੀਕ ਹੈ, ਸਕਾਰਪੀਓ ਗੱਡੀ ਵਾਲਾ ਮੁੰਡਾ ਵੀ ਠੀਕ ਹੈ, ਪਰ ਬਹੁਤ ਜ਼ੋਰ ਨਾਲ ਵੱਜੀ ਹੈ, ਬੱਸ ਦਾ ਡਰਾਈਵਰ ਉਦੋਂ ਹੀ ਦੌੜ ਗਿਆ। ਤਾਂ ਦੱਸ ਦੇ ਕਿ ਵੱਡਾ ਹਾਦਸਾ ਹੋਇਆ ਜਿੱਥੇ ਇੱਕ ਸਵਾਰੀਆਂ ਨਾਲ ਭਰੀ ਬੱਸ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੰਦੀ ਹੈ, ਜਿਸ ਕਾਰਨ ਟਰੈਕਟਰ ਚਾਲਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਤੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਜਾਂਦਾ ਹੈ। ਤੇ ਇਸੇ ਦੌਰਾਨ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਦੇ ਵੀ ਗੰਭੀਰ ਸੱਟਾਂ ਲੱਗਦੀਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਸਵਾਰੀਆਂ ਦੇ ਮੂੰਹ ਦੇ ਵਿੱਚੋਂ ਖੂਨ ਨਿਕਲ ਰਿਹਾ, ਕਈਆਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ, ਜਿਸ ਤੋਂ ਬਾਅਦ ਤੁਰੰਤ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਤੇ ਪਹੁੰਚਦੀ ਹੈ, ਜੋ ਕਿ ਨਵੀਂ ਨਿਯੁਕਤ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ, ਤੇ ਮੌਕੇ ਤੇ ਪਹੁੰਚ ਕੇ ਇਹਨਾਂ ਦੇ ਵੱਲੋਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ। ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਹਾਦਸੇ ਤੋਂ ਤੁਰੰਤ ਬਾਅਦ ਇਹ ਸੜਕ ਸੁਰੱਖਿਆ ਫੋਰਸ ਦੀ ਟੀਮ ਪਹੁੰਚਦੀ ਹੈ ਤੇ ਇਹਨਾਂ ਵੱਲੋਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ। ਤਾਂ ਮਿਲੀ ਜਾਣਕਾਰੀ ਅਨੁਸਾਰ ਬੱਸ ਦੇ ਸਾਹਮਣੇ ਇੱਕ ਟਰੈਕਟਰ ਟਰਾਲੀ ਜਾ ਰਹੀ ਸੀ,
ਸੀ ਤਾਂ ਇਸ ਦੌਰਾਨ ਬੱਸ ਪਿੱਛੋਂ ਉਸ ਨੂੰ ਟੱਕਰ ਮਾਰਦੀ ਹੈ ਤੇ ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਚਾਲਕ ਉੱਚੀ ਉੱਛਲਦਾ ਹੈ ਤੇ ਨੀਚੇ ਡਿੱਗ ਜਾਂਦਾ ਹੈ ਜਿਸ ਕਾਰਨ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਤੇ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੇ ਇਸ ਹਾਦਸੇ ਦੇ ਵਿੱਚ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਦੇ ਵੀ ਕਾਫੀ ਸੱਟਾਂ ਲੱਗਦੀਆਂ ਨੇ ਜਿਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਤੁਰੰਤ ਮੌਕੇ ਤੇ ਪਹੁੰਚਦੀ ਹੈ ਤੇ ਇਹਨਾਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੰਦੀ ਹੈ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ। ਤਾਂ ਦੱਸ ਦੇ ਕਿ ਪੂਰਾ ਮਾਮਲਾ ਮੁਕੇਰੀਆ ਤੋਂ ਸਾਹਮਣੇ ਆਇਆ ਜਿੱਥੇ ਵੱਡਾ ਹਾਦਸਾ ਹੋਇਆ, ਸਵਾਰੀਆਂ ਨਾਲ ਭਰੀ ਬੱਸ ਦੀ ਇੱਕ ਟਰੈਕਟਰ ਟਰਾਲੀ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਕਈ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਅਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤੇ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਅੱਜ ਗੜਦੀ ਬਾਤ ਅੱਛਾ, ਬੱਸ ਕਿੱਥੇ ਜਾ ਰਹੀ? ਬੱਸ ਪਠਾਨਕੋਟ ਜਾ ਰਹੀ। ਅੱਛਾ, ਕੀ ਕਾਰਨ ਰਿਹਾ ਐਕਸੀਡੈਂਟ ਦਾ? ਕਾਰਨ ਕੀ ਹੈ? ਅੱਛਾ, ਬੱਸ ਕੱਲ੍ਹ ਤੋਂ ਬੱਸ ਕੰਟਰੋਲ ਨਹੀਂ ਆਈ, ਅੱਗੇ ਟਰਾਲੀ ਲੱਗੀ ਹੋਈ ਤਾਂ ਕੰਟਰੋਲ ਨਹੀਂ, ਬੱਸ ਜ਼ਿਆਦਾ ਰਫਤਾਰ ਤੇਜ਼ ਸੀ, ਬ੍ਰੇਕ ਮਾਰੀ, ਕਿਤੇ ਬ੍ਰੇਕ ਮਾਰੀ, ਸਾਰੀਆਂ ਸਵਾਰੀਆਂ ਇਕੱਠੀਆਂ ਹੋ ਗਈਆਂ, ਕੋਈ ਬੱਚਾ ਕਿਤੇ ਕੋਈ ਕਿਤੇ ਬਹਿ ਗਿਆ ਤਾਂ ਰੱਬ ਪਜਾ ਗਿਆ, ਨਹੀਂ ਤਾਂ ਕਿੱਦਾਂ ਦਾ ਹਾਦਸਾ ਹੋਇਆ ਸੀ, ਕੋਈ ਬੱਚੇ ਨੇ ਬਲਾ ਨਹੀਂ, ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਕੋਈ ਜਾਨੀ ਨੁਕਸਾਨ ਕੋਈ ਨਹੀਂ ਆ, ਬਸ ਛੱਟਾਂ ਛੁੱਟਾਂ ਲੱਗੀਆਂ, ਕਾਰਨ ਤਾਂ ਇਸ ਤਰ੍ਹਾਂ ਵੀ ਬੱਸ ਜ਼ਿਆਦਾ ਰਫਤਾਰ ਤੇਜ਼ ਸੀ, ਬੱਸ ਸੀ ਉਹਨੇ ਉਹ ਟਰੈਕਟਰ ਟਰਾਲੀ ਦੇ ਵਿੱਚ ਪਿੱਛੋਂ ਦੀ ਮਾਰਿਆ, ਇਹਨਾਂ ਦੇ ਟੱਕਰ ਹੋਣ ਨਾਲ ਡਰਾਈਵਰ ਉੱਪਰ ਉੱਛਲ ਕੇ ਅੱਗੇ ਜਾ ਗਿਰਿਆ, ਉਹਨੂੰ ਹੋਸਪਿਟਲ ਭੇਜ ਦਿੱਤਾ ਗਿਆ, ਸਵਾਰੀਆਂ 'ਤੇ ਥੋੜ੍ਹਾ ਬਹੁਤ ਸੱਟਾਂ ਲੱਗੀਆਂ, ਅਤੇ ਸੜਕ ਸੁਰੱਖਿਆ ਜਿਹੜੀ ਸੇਵਾ ਇਹਨਾਂ ਨੇ ਪੁਲਿਸ ਆ ਉਹ ਆ ਗਈ ਸੀ ਜੀ, ਅਸੀਂ ਉਹਨਾਂ ਦੇ ਨਾਲ ਭੇਜਤਾ ਸੀ, ਮੈਂ ਇੱਥੋਂ ਜਾ ਰਿਹਾ ਸੀ ਅਤੇ ਸੂਹੇ ਤੋਂ ਮੁਗੇਰੀਆਂ ਆਪਦੇ ਆਫਿਸ ਆ ਰਿਹਾ ਸੀ ਅਤੇ ਉਦੋਂ ਦੇਖਿਆ ਜੀ ਐਕਸੀਡੈਂਟ ਹੋਇਆ। ਬਚਾ ਹੀ ਦਿਆ ਜਾਂ ਕੋਈ? ਹਾਂ, ਬਚਾ ਹੀ ਹੈ ਜੀ ਪਰਮਾਤਮਾ ਦੀ ਕਿਰਪਾ ਨਾਲ, ਮਗਰ ਇੱਕ ਸਕਾਰਪੀਓ ਗੱਡੀ ਵੀ ਵੱਜੀ ਹੈ ਜੀ, ਸਕਾਰਪੀਓ ਗੱਡੀ ਵਾਲਾ ਮੁੰਡਾ ਵੀ ਠੀਕ ਹੈ ਪਰ ਬਹੁਤ ਜ਼ੋਰ ਨਾਲ ਵੱਜੀ ਹੈ, ਬੱਸ ਦਾ ਡਰਾਈਵਰ ਉਦੋਂ ਹੀ ਦੌੜ ਗਿਆ।